ਜਦੋਂ ਫਸਟ ਟਾਈਮ ਅਸੀਂ ਕਿਤੇ ਬਾਹਰ ਜਾਂਦੇ ਹਾਂ, ਫਸਟ ਟਾਈਮ ਤੁਸੀਂ ਗਏ ਸੀ ਇੰਗਲੈਂਡ, ਹੁਣ ਚੱਕਰ ਇਹ ਹੈ ਕਿ ਮਾਸ਼ਾਅੱਲਾ ਸਾਡੀ ਇੰਗਲਿਸ਼ ਤਾਂ ਪੰਜਵੀਂ 'ਚ ਸਿੱਖ ਲਈ ਸੀ ਅਸੀਂ। ਹਾਂ ਹਾਂ, ਸਭ ਤੋਂ ਜ਼ਿਆਦਾ ਸਾਨੂੰ ਡਰ ਇੰਗਲਿਸ਼ 'ਚੋਂ ਲੱਗਦਾ ਸੀ। ਤੇ ਕੀ ਹੋਇਆ ਜਦੋਂ ਉੱਤਰੇ ਉੱਥੇ, ਕਿੱਦਾਂ ਕੀ ਸਾਹਿਬ ਪਹਿਲਾ ਟੂਰ ਬੜਾ ਚਾਅ ਯਾਰ, ਵੀਜ਼ਾ ਲੱਗ ਗਿਆ? ਹਾਂਜੀ, ਪਹਿਲਾਂ ਪਹਿਲਾਂ ਤਾਂ ਚਲੋ ਵੀਜ਼ੇ ਦੀ ਪ੍ਰੋਬਲਮ ਹੁੰਦੀ ਸੀ ਨਾ, ਵੀਜ਼ਾ ਲੱਗਾ ਤੇ ਹੁਣ ਉੱਥੇ ਉੱਤਰ ਗਿਆ ਇੰਗਲੈਂਡ ਜਾ ਕੇ। ਪਹਿਲਾਂ ਤਾਂ ਜਾ ਕੇ ਮੈਂ ਇੰਗਲੈਂਡ ਦੀ ਧਰਤੀ ਨੂੰ ਮੱਥਾ ਟੇਕਿਆ, ਪਹਿਲਾਂ ਤਾਂ ਪਲੇਨ ਵਿੱਚ ਬੈਠਣ ਲੱਗੇ, ਮੈਂ ਉੱਥੇ ਇੱਦਾਂ ਸਿਰ ਲਾ ਕੇ ਮੱਥਾ ਟੇਕਿਆ ਤਾਂ ਲੋਕ ਮੇਰੇ ਵੱਲ ਵੇਖਣ। ਮੈਂ ਕਿਹਾ ਯਾਰ ਜਹਾਜ਼ 'ਚ ਬਹਿਣਾ, ਇਹ 'ਚ ਕੋਈ ਖਰਾਬੀ ਹੋ ਗਈ, ਇਹਨੂੰ ਕਿਹੜਾ ਸਾਈਡ 'ਚ ਲਾ ਲੈਣਾ, ਇਹ ਤਾਂ ਹਵਾ 'ਚ ਹੀ ਆ। ਜੋ ਮਾਲਕ ਦਾ ਸ਼ੁਕਰ ਕੀਤਾ ਇੰਗਲੈਂਡ ਪਹੁੰਚੇ। ਹੁਣ ਉੱਥੇ ਜਦੋਂ ਉੱਤਰਿਆ ਮੈਨੂੰ ਭੁੱਖ ਬੜੀ ਲੱਗੀ, ਜਿਹੜੇ ਲੈਣ ਆਣੇ ਸੀ ਮੈਨੂੰ ਥੋੜੇ ਲੇਟ ਹੋ ਗਿਆ, ਹੁਣ ਮੇਰੀ ਜੇਬ 'ਚ ਥੋੜੇ ਬਹੁਤੇ ਪਾਉਣ ਤਾਂ ਸੀਗੇ, ਘਰਦਿਆਂ ਨੇ ਪਾਏ ਕਿ ਬੇਟਾ ਭੁੱਖ ਭੱਖ ਲੱਗੀ ਤਾਂ ਖਾ ਲਈ, ਹੁਣ ਚੀਜ਼ਾਂ ਤਾਂ ਉੱਥੇ ਬਹੁਤ ਪਈਆਂ, ਮੈਂ ਵੀ ਕਰੀ ਜਾਵਾਂ, ਪਰ ਹੁਣ ਮੈਨੂੰ ਲੱਗੇ ਵੀ ਅੰਗਰੇਜ਼ੀ 'ਚੋਂ ਹੱਥ ਤੰਗ ਆ, ਮੰਗਾਂ ਕਿਵੇਂ ਲਵਾਂ ਕਿਵੇਂ। ਲਓ ਜੀ ਕਰਦੇ ਕਰਾਦੇ ਉਹ ਘੰਟਾ ਮੈਂ ਉਦਾਂ ਹੀ ਘੁੰਮਦਾ ਕਰਦਾ ਘੁੰਮਦਾ ਰਿਹਾ ਉੱਥੇ ਏਅਰਪੋਰਟ ਤੇ, ਪਰ ਖਾਧਾ ਕੁਛ ਨੀ। ਫਿਰ ਮੈਨੂੰ ਜਿਹੜੇ ਲੈਣ ਆਏ ਸੀ ਉਹ ਮੈਨੂੰ ਲੈ ਕੇ ਗਏ ਘਰ, ਜਾ ਕੇ ਦੇਖ ਪੁੱਛਿਆ ਯਾਰ ਕੁਛ ਖਾਧਾ? ਮੈਂ ਕਿਹਾ ਜੀ ਨਹੀਂ, ਭੁੱਖ ਬੜੀ ਲੱਗੀ ਹੈ, ਉਹਨਾਂ ਨੇ ਕੁਛ ਬਣਾ ਕੇ ਖਾ ਲਿਆ।